ਸਾਡਾ ਇੱਕ ਵੀਰ ਬੜਾ ਪਿਆਰਾ ਕੀਰਤਨੀਆ, ਬਹੁਤ ਗੁਣੀ, ਬਹੁਤ ਗੁਣ ਜਿਹਦੇ ਕੋਲ ਕੀਰਤਨ ਦਾ, ਅਤੇ ਭਾਣਾ ਵਰਤਿਆ ਹੈ, ਐਕਸੀਡੈਂਟ ਹੋ ਗਿਆ ਹੈ। ਵੀਰ ਦਾ ਨਾਮ ਹਰਪ੍ਰੀਤ ਸਿੰਘ ਹੈ ਅਤੇ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈ, ਅਤੇ ਬਹੁਤ ਸੀਰੀਅਸ ਐਕਸੀਡੈਂਟ ਹੋਇਆ ਹੈ। ਗੁਰੂ ਪਿਆਰੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀਡੀਓ ਜੋ ਅਸੀਂ ਬਣਾ ਰਹੇ ਹਾਂ ਅਤੇ ਮਨ ਨਹੀਂ ਕਰ ਰਿਹਾ ਵੀਡੀਓ ਬਣਾਉਣ ਦਾ, ਪਰ ਤੁਹਾਡੇ ਤੱਕ ਸੁਨੇਹਾ ਦੇਣਾ ਵੀ ਜ਼ਰੂਰੀ ਹੈ। ਅਤੇ ਸਾਡਾ ਇੱਕ ਵੀਰ ਬੜਾ ਪਿਆਰਾ ਕੀਰਤਨੀਆ, ਬਹੁਤ ਗੁਣੀ, ਬਹੁਤ ਗੁਣ ਜਿਹਦੇ ਕੋਲ ਕੀਰਤਨ ਦਾ, ਅਤੇ ਭਾਣਾ ਵਰਤਿਆ ਹੈ, ਐਕਸੀਡੈਂਟ ਹੋ ਗਿਆ ਹੈ। ਵੀਰ ਦਾ ਨਾਮ ਹਰਪ੍ਰੀਤ ਸਿੰਘ ਹੈ ਅਤੇ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈ, ਅਤੇ ਬਹੁਤ ਸੀਰੀਅਸ ਐਕਸੀਡੈਂਟ ਹੋਇਆ ਹੈ। ਅਤੇ ਇਹ ਵੀਰ ਬੜੇ ਵੱਡੇ ਵੱਡੇ ਕੀਰਤਨੀ ਸਿੰਘਾਂ ਨਾਲ ਸੇਵਾਵਾਂ ਨਿਭਾਉਂਦੇ ਰਹੇ, ਦਾਸ ਦੇ ਨਾਲ ਵੀ ਬਹੁਤ ਸੇਵਾ ਨਿਭਾਈ ਹੈ ਇਸ ਵੀਰ ਨੇ, ਹਰਪ੍ਰੀਤ ਸਿੰਘ ਨੇ। ਅਤੇ ਬਹੁਤ ਸੀਰੀਅਸ ਐਕਸੀਡੈਂਟ ਹੋਇਆ, ਜਿਸ ਤੋਂ ਬਾਅਦ PGI ਲਿਜਾਇਆ ਗਿਆ, ਉੱਥੇ ਬ੍ਰੇਨ ਦਾ ਸਾਰਾ ਜੋ ਓਪਰੇਸ਼ਨ ਹੋਇਆ ਹੈ, ਬ੍ਰੇਨ ਖੋਲ੍ਹ ਕੇ ਦੁਬਾਰਾ ਲੱਗੇ ਨੇ, ਤੁਸੀਂ ਦੇਖਦੇ ਹੋ ਸਾਰਾ ਪਛਾਣਿਆ ਨਹੀਂ ਜਾ ਰਿਹਾ। ਅਤੇ ਸਾਧ ਸੰਗਤ ਜੀ ਉਹ ਅਤੇ ਉੱਥੋਂ ਹੁਣ PGI ਤੋਂ ਓਪਰੇਸ਼ਨ ਤੋਂ ਬਾਅਦ ਲੁਧਿਆਣੇ ਸ਼ਿਫਟ ਕੀਤਾ ਗਿਆ ਹੈ, ਜੋ ਏਕ ਨੂਰ ਸੰਸਥਾ ਹੈ ਗੁਰਦੁਆਰਾ ਆਲਮਗੀਰ ਸਾਹਿਬ ਦੇ ਬਿਲਕੁਲ ਨਾਲ, ਅਤੇ ਨਿਸ਼ਕਾਮ ਸੰਸਥਾ ਹੈ ਇਹਨਾਂ ਵੱਲੋਂ ਇੱਥੇ ਏਕ ਨੂਰ ਨੇਕੀ ਦਾ ਹੋਸਪਿਟਲ, ਜੋ ਹੋਸਪਿਟਲ ਚੱਲ ਰਿਹਾ ਹੈ, ਇੱਥੇ ਲੈ ਕੇ ਆਉਂਦਾ ਗਿਆ ਹਰਪ੍ਰੀਤ ਸਿੰਘ ਨੂੰ। ਅਤੇ ਆਪ ਜੀ ਦੇ ਨਾਲ ਵੀਡੀਓ ਮੈਸੇਜ ਤਾਂ ਪਹੁੰਚਾ ਰਹੇ ਹਾਂ ਕਿ ਬਹੁਤ ਸੇਵਾ ਦੀ ਲੋੜ ਹੈ, ਸਹਿਯੋਗ ਦੀ ਲੋੜ ਹੈ। ਜਿੱਥੇ ਜਿੱਥੇ ਕੋਈ ਵੀਡੀਓ ਦੇਖ ਰਹੇ ਹੋ ਤਾਂ ਸਾਨੂੰ ਮਹਾਰਾਜ ਨੇ ਇਹੀ ਆਖਿਆ ਕਿ ਵਿੱਚ ਦੁਨੀਆ ਸੇਵ ਘੁਮਾਈਏ ਤਾਂ ਦਰਗਾਹ ਬੈਸਣ ਪਾਈਏ। ਹਾਂਜੀ, ਕਿਰਪਾ ਗੁਰੂ ਸਾਹਿਬ ਨੇ ਕਰਨੀ ਹੈ, ਅਰਦਾਸ ਤੁਸੀਂ ਕਰਨੀ ਹੈ, ਰੋਗੀ ਕਾ ਪ੍ਰਖੰਡੋ ਰੋਗ, ਦੁਖੀਏ ਕਾ ਮਿਟਾਵੋ ਕਮ ਸੋਗ। ਅਤੇ ਜਿੱਥੇ ਵੀ ਹੋ ਸਕੇ, ਜਿਵੇਂ ਹੋ ਸਕੇ, ਜਿੰਨੀ ਕੋਈ ਸੇਵਾ ਕਰ ਸਕਦਾ ਹੈ ਮਾਇਕ ਦੇ ਤੌਰ 'ਤੇ, ਮਾਇਆ ਦੇ ਤੌਰ 'ਤੇ। ਅਤੇ ਇਹ ਕਾਨੂੰਨ ਨੇਕੀ ਦਾ ਹੋਸਪਿਟਲ, ਉਹਦਾ ਅਕਾਊਂਟ ਨੰਬਰ ਹੈ, ਉਸ ਅਕਾਊਂਟ ਵਿੱਚ ਤੁਸੀਂ ਮਾਇਆ ਪਾ ਸਕਦੇ ਹੋ। ਇਸ ਬੱਚੇ ਦਾ ਇਲਾਜ ਪ੍ਰੋਪਰ ਹੁੰਦਾ ਰਹੇਗਾ, ਅਜੇ ਕਈ ਗੇੜੇ PGI ਦੁਬਾਰਾ ਚੈੱਕਅਪ ਲਈ ਲੱਗਣੇ ਨੇ। ਬਹੁਤ ਲੰਬਾ ਪ੍ਰੋਸੀਜਰ ਹੈ, ਮਹੀਨਿਆਂ ਦਾ ਪ੍ਰੋਸੀਜਰ ਹੈ, ਜੋ ਅਸੀਂ ਹਾਲਾਤ ਦੇਖ ਰਹੇ ਹਾਂ ਸੰਗਤ ਜੀ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਜ਼ਰੂਰ ਸਹਿਯੋਗ ਦਿਓ, ਆਪਣੇ ਦਸਵੰਧ ਵਿੱਚੋਂ ਕੱਢ ਕੇ ਜ਼ਰੂਰ ਇਸ ਵੀਰ ਦੀ ਹੈਲਪ ਕਰਨੀ ਹੈ। ਅਤੇ ਗੁਰਸਿੱਖਾਂ ਦਾ ਫਰਜ਼ ਵੀ ਬਣਦਾ, ਜੇ ਸਾਡੇ ਗੁਰਸਿੱਖ ਨੂੰ ਜਦੋਂ ਕਿਧਰੇ ਕੋਈ ਲੋੜ ਪਵੇ ਅਸੀਂ ਨਾਲ ਖੜੀਏ। ਅਤੇ ਅਸੀਂ ਅੱਜ ਕੀਰਤਨ ਤੋਂ ਆ ਰਹੇ ਸੀਗੇ ਅਤੇ ਪਤਾ ਲੱਗਿਆ ਵੀ ਲੁਧਿਆਣੇ ਸ਼ਿਫਟ ਹੋ ਗਏ ਹੈ, ਅਤੇ ਦਾਸ ਨਾਲ ਵੀ ਕਾਫ਼ੀ ਪਿਆਰ ਸੀ ਇਸ ਬੱਚੇ ਦਾ, ਅਤੇ ਉਹੀ ਦੇਖਣ ਆਏ ਹਾਂ। ਅਤੇ ਬਹੁਤ ਜਿਹੜਾ ਦੇਖਿਆ ਨਹੀਂ ਜਾ ਰਿਹਾ, ਤੁਹਾਨੂੰ ਕੀ ਬਿਆਨ ਕਰੀਏ, ਕੀ ਹਾਲਾਤ ਨੇ। ਅਤੇ ਮਾਲਕ ਨੇ ਰੱਖ ਲਿਆ ਹੱਥ ਦੇ ਕੇ, ਅਤੇ ਤੁਹਾਡੇ ਸਾਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜਿੱਥੇ ਜਿੱਥੇ ਕੋਈ ਵੀਡੀਓ ਦੇਖ ਰਿਹਾ ਜ਼ਰੂਰ ਏਕ ਨੂਰ ਨੇਕੀ ਦਾ ਹੋਸਪਿਟਲ ਆਲਮਗੀਰ ਸਾਹਿਬ ਲੁਧਿਆਣੇ। ਅਤੇ ਇਹ ਤੁਸੀਂ ਇਹਦਾ ਕੋਈ ਵੀ ਦਸਵੰਧ ਹਿੱਸਾ ਪਾ ਸਕਦੇ ਹੋ, ਸਹਿਯੋਗ ਦੇ ਕੇ ਜ਼ਰੂਰ ਇਸ ਵੀਰ ਦਾ ਜੋ ਹੈਲਪ ਕਰੋ, ਮਦਦ ਕਰੋ। ਸਾਰਿਆਂ ਨੂੰ ਬੇਨਤੀ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।